ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਪੰਜਾਬ ਦੇ ਵਿੱਚ ਸੀਤ ਲਹਿਰ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ। ਸਵੇਰ ਦੇ ਵੇਲੇ ਅੰਤਾਂ ਦੀ ਠੰਡ, ਰਾਤ ਦੇ ਵੇਲੇ ਬੇਹੱਦ ਠੰਡ ਅਤੇ ਲਗਾਤਾਰ ਪੰਜਾਬ ਦੇ ਵਿੱਚ ਧੁੰਦ ਅਤੇ ਕੋਰੇ ਦੀ ਚਾਦਰ ਹੈ ਜਿਹੜੀ ਉਹ ਸੰਘਣੀ ਹੋ ਜਾਂਦੀ ਹੈ। ਦਿਨ ਦੇ ਵੇਲੇ ਨਿੱਘੀ ਨਿੱਘੀ ਧੁੱਪ ਨਿਕਲਦੀ ਹੈ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਦਿਨ ਦੇ ਵੇਲੇ ਧੁੱਪ ਨਿਕਲਣੀ ਹੈ ਪਰ ਰਾਤਾਂ ਇਸ ਤੋਂ ਵੀ ਵੱਧ ਠੰਡੀਆਂ ਹੋ ਜਾਣੀਆਂ। ਯਾਨੀ ਕਿ ਇਸ ਵਕਤ ਸ਼ਿਮਲੇ ਦੇ ਨਾਲੋਂ ਵੀ ਆਦਮਪੁਰ ਰਾਤਾਂ ਦੇ ਮਾਮਲੇ ਦੇ ਵਿੱਚ ਠੰਡਾ। ਯਾਨੀ ਕਿ ਉੱਥੇ ਘੱਟੋ ਘੱਟ ਤਾਪਮਾਨ ਹੈ ਜਿਹੜਾ ਉਹ 5 ਡਿਗਰੀ ਹੈ ਅਤੇ ਆਦਮਪੁਰ ਦੇ ਵਿੱਚ 4.5 ਡਿਗਰੀ ਤੱਕ ਨੋਟ ਕੀਤਾ ਗਿਆ ਘੱਟੋ ਘੱਟ ਤਾਪਮਾਨ। ਯਾਨੀ ਕਿ ਇਸ ਵਕਤ ਪੰਜਾਬ ਆ ਜਿਹੜਾ ਉਹ ਪਹਾੜੀ ਖੇਤਰ ਦਾ ਮੁਕਾਬਲਾ ਕਰ ਰਿਹਾ ਠੰਡਾ ਹੋਣ ਦੇ ਮਾਮਲੇ 'ਚ। ਅਤੇ ਬਾਕੀ ਵਕਤ ਦੱਸੋ ਕਿ ਜੋ ਮੌਸਮ ਵਿਭਾਗ ਨੇ ਪੇਸ਼ਕਾਰੀ ਕੀਤੀ ਹੈ ਉਹਦੇ ਵਿੱਚ ਕਿੰਨੀ ਸੱਚਾਈ ਹੈ। ਪਰ ਜਿਹੜੀ ਖਬਰ ਸਭ ਨੂੰ ਝੰਜੋੜਨ ਵਾਲੀ ਹੈ, ਜਿਹਨੇ ਪਿਛਲੇ ਕਈ ਦਿਨਾਂ ਤੋਂ ਹਰ ਦੇਸ਼ ਵਾਸੀ ਨੂੰ ਅੰਦਰੋਂ ਪਿਘਲਾਇਆ ਹੋਇਆ, ਅੱਖਾਂ ਦੇ ਵਿੱਚੋਂ ਅੱਥਰੂ ਆਉਂਦੇ ਆ, ਲੂ ਕੰਡਾ ਖੜ੍ਹਾ ਹੋਇਆ, ਉਹਦੇ ਬਾਬਤ ਬਾਤ ਪਾਉਂਦਿਆਂ ਵੀ ਖੁਦ ਨੂੰ ਸ਼ਰਮ ਜੀ ਆਉਂਦੀ ਹੈ ਕਿ ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿੱਥੇ ਕਹਿਣ ਨੂੰ ਤਾਂ ਅਸੀਂ ਸੱਭਿਅਕ ਮਨੁੱਖ ਹਾਂ ਪਰ ਸਾਡੇ ਵਿੱਚੋਂ ਹੀ ਕਈ, ਪਤਾ ਨਹੀਂ ਸਾਡੇ ਆਲੇ ਦੁਆਲੇ ਕਿਹੜਾ ਇਹੋ ਜਿਹਾ ਮਨੁੱਖ ਹੋਵੇ ਜਿਹੜਾ ਦੇਖਣ ਨੂੰ ਮਨੁੱਖ ਆ ਪਰ ਅੰਦਰ ਉਹਦੇ ਇੱਕ ਪਸ਼ੂ ਆ, ਉਹਦੇ ਅੰਦਰ ਇੱਕ ਦਰਿੰਦਾ ਵਸਿਆ ਹੋਇਆ, ਜਿਹੜਾ ਕਿ ਧੀਆਂ ਭੈਣਾਂ ਦੀ ਇੱਜ਼ਤ ਨੂੰ ਨੋਚ ਖਾਣ ਦੇ ਲਈ ਕੋਈ ਮੌਕਾ ਲੱਭਦਾ ਰਹਿੰਦਾ, ਜਿਹੜਾ ਕਿ ਆਪਣੀ ਹਵਸ ਪੂਰੀ ਕਰਨ ਦੇ ਲਈ ਕਿਸੇ ਦੇ ਲਈ ਕੁਝ ਵੀ ਕਰ ਸਕਦਾ ਹੈ। ਜਿਵੇਂ ਹੈਦਰਾਬਾਦ ਦੇ ਵਿੱਚ ਇੱਕ ਵੈਟਨਰੀ ਡਾਕਟਰ ਦੇ ਨਾਲ ਕੁਕਰਮ ਕੀਤਾ ਗਿਆ, ਜਿਸ ਤਰੀਕੇ ਦੇ ਨਾਲ ਉਹਨੂੰ ਸਾੜ ਦਿੱਤਾ ਗਿਆ, ਉਸ ਤੋਂ ਬਾਅਦ ਸੜਕ ਤੋਂ ਲੈ ਕੇ ਸੰਸਦ ਤੱਕ ਬਹੁਤ ਵੱਡੇ ਪੱਧਰ ਦੇ ਉੱਤੇ ਰੋਸ ਉੱਠ ਰਿਹਾ ਅਤੇ ਉੱਠਣਾ ਵੀ ਚਾਹੀਦਾ। ਪਰ ਜ਼ਰਾ ਪਿੱਠ ਭੂਮੀ ਵੱਲ ਝਾਤ ਮਾਰ ਕੇ ਦੇਖੋ, 7 ਸਾਲ ਪਹਿਲਾਂ ਦਿੱਲੀ ਦੇ ਵਿੱਚ ਇੱਕ ਬੱਸ ਦੇ ਵਿੱਚ ਇਸੇ ਤਰੀਕੇ ਦੇ ਨਾਲ ਕੁੜੀ ਦੇ ਨਾਲ ਜਬਰ ਜਨਾਹ ਹੋਇਆ, ਉਹਨੂੰ ਮਾਰ ਦਿੱਤਾ ਗਿਆ। ਮਾਰ ਦਿੱਤਾ ਗਿਆ ਤਾਂ ਕਹਿੰਦੇ ਆ ਉਸ ਕੁੜੀ ਨੇ ਦਮ ਤੋੜ ਦਿੱਤਾ ਸੀ। ਉਸ ਤੋਂ ਬਾਅਦ ਜੇਕਰ ਅੱਜ ਤੱਕ ਉਹਨਾਂ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ, ਉਹਨਾਂ ਨੂੰ ਨਾ ਹਾਲੇ ਤੱਕ ਫਾਂਸੀ ਹੋਈ ਹੈ ਅਤੇ ਨਾ ਹੀ ਉਹਦੇ ਮੁਤਲਕ ਕਾਨੂੰਨ ਨੇ ਕੋਈ ਹੋਰ ਕਾਰਵਾਈ ਕੀਤੀ ਹੈ, ਅਤੇ ਜੇਕਰ ਉਸ ਵੇਲੇ ਕਾਰਵਾਈ ਕਰ ਦਿੱਤੀ ਜਾਂਦੀ, ਕੀ ਪਤਾ ਮਿਸਾਲੀ ਸਜ਼ਾ ਤੋਂ ਡਰਦੇ ਹੋਏ ਲੋਕ ਇਹੋ ਜਿਹੇ ਕਾਰੇ ਇਹੋ ਜਿਹੀਆਂ ਕਰਤੂਤਾਂ ਨਾ ਕਰਿਆ ਕਰਦੇ। ਪਰ ਅਸੀਂ ਉਦੋਂ ਕੁਝ ਕੀਤਾ ਨਹੀਂ। ਇਸ ਤੋਂ ਇਲਾਵਾ ਜੇ ਗੱਲ ਕਰਦੇ ਮੀਡੀਆ ਦੀ ਤਾਂ ਉਸ ਮਹੀਨੇ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਖਬਰਾਂ ਛਪੀਆਂ, ਸੜਕਾਂ ਦੇ ਉੱਤੇ ਪ੍ਰਦਰਸ਼ਨ ਹੋਏ, ਕੈਂਡਲ ਮਾਰਚ ਬੜੇ ਨਿਕਲੇ, ਪਰ ਮਹੀਨੇ ਕੁ ਬਾਅਦ ਗੱਲ ਆਈ ਗਈ ਹੋਗੀ। ਫਿਰ ਕਠੂਆ ਕਾਂਡ ਆ ਗਿਆ, ਉਹਦੇ ਵਿੱਚ ਵੀ ਇਹੋ ਜਿਹਾ ਕੁਝ ਹੋਇਆ। ਫਿਰ ਹੁਣ ਵਾਲਾ ਕਾਂਡ ਆ ਗਿਆ, ਇਹਦੇ ਵਿੱਚ ਵੀ ਹੁਣ ਕੁਝ ਕੁ ਹਫ਼ਤਿਆਂ ਵਾਸਤੇ ਇਵੇਂ ਸਾਡਾ ਅੰਦਰਾ ਭਰਿਆ ਜਾਣਾ, ਇਵੇਂ ਵਟਸਐਪ ਦੇ ਉੱਤੇ ਡੀਪੀਆਂ ਲੱਗਣੀਆਂ, ਇਵੇਂ ਫੇਸਬੁੱਕ ਦੇ ਉੱਤੇ ਸਟੇਟਸ ਪੈਣੇ ਆ, ਅਤੇ ਉਸ ਤੋਂ ਬਾਅਦ ਪਤਾ ਨਹੀਂ ਕਿਹੜੀ ਵਿਚਾਰੀ ਹੋਰ ਡਾਕਟਰਨੀ ਆ ਜਿਹੜੀ ਉਹ ਇਸ ਤਰੀਕੇ ਦੇ ਨਾਲ ਇਹਨਾਂ ਦਰਿੰਦਿਆਂ ਦੀ ਭੇਟ ਚੜ੍ਹ ਜਾਣੀ ਆ। ਅੱਜ ਸਦਨ ਦੇ ਵਿੱਚ ਵੀ ਮੁੱਦਾ ਉੱਠਿਆ ਕਿ ਇਹੋ ਜਿਹੇ ਲੋਕਾਂ ਨੂੰ ਭੀੜ ਦੇ ਹਵਾਲੇ ਕਰ ਦੇਣਾ ਚਾਹੀਦਾ। ਅੱਜ ਲੋਕ ਸਭਾ ਦੇ ਵਿੱਚ ਵੀ ਇਹ ਗੱਲ ਉੱਠੀ ਅਤੇ ਰਾਜ ਸਭਾ ਦੇ ਵਿੱਚ ਵੀ ਕਿ ਇਹੋ ਜਿਹੇ ਦੋਸ਼ੀਆਂ ਨੂੰ ਬਖਸ਼ਣਾ ਨਹੀਂ ਚਾਹੀਦਾ ਅਤੇ ਜਲਦ ਤੋਂ ਜਲਦ ਇਹਨਾਂ ਨੂੰ ਸਜ਼ਾ ਦੇ ਦੇਣੀ ਚਾਹੀਦੀ ਹੈ। ਪਰ ਜਿਹੜੀ ਇਹ ਵੈਟਨਰੀ ਡਾਕਟਰ ਹੈ, ਇਹਦੇ ਨਾਲ ਜੁੜੀ ਕੁਝ ਕੁ ਇਹੋ ਜਿਹੀ ਕਹਾਣੀ ਸਾਹਮਣੇ ਆਈ ਹੈ ਜਿਹੜੀ ਕਿ ਕਿਸੇ ਨੂੰ ਨਹੀਂ ਪਤਾ ਜਾਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ। ਸਾਨੂੰ ਹੁਣ ਤੱਕ ਇਸ ਗੱਲ ਦਾ ਪਤਾ ਹੈ ਵੀ ਇਹ ਕੁੜੀ ਹੈ ਜਦੋਂ ਆਪਣੀ ਡਿਊਟੀ ਖਤਮ ਕਰਕੇ ਉਹਨੇ ਐਕਟਿਵਾ ਕੱਢੀ, ਐਕਟਿਵਾ ਪੈਂਚਰ ਸੀ, ਸਕੂਟਰੀ ਪੈਂਚਰ ਸੀ, ਉਹਦੇ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ, ਉਹਨਾਂ ਲੋਕਾਂ ਨੇ ਇਹਦੇ ਨਾਲ ਕੁਕਰਮ ਕੀਤਾ। ਪਰ ਇਸ ਦੀ ਭੈਣ ਦੇ ਵੱਲੋਂ ਅਤੇ ਪੁਲਿਸ ਦੇ ਵੱਲੋਂ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਉਹ ਸੱਚੀ ਮੁੱਚੀ ਲੂ ਕੰਡਾ ਖੜ੍ਹਾ ਕਰਨ ਵਾਲੀਆਂ। ਇਸ ਡਾਕਟਰ ਕੁੜੀ ਦੀ, ਮ੍ਰਿਤਕ ਕੁੜੀ ਦੀ ਜੋ ਭੈਣ ਆ, ਉਹਨੇ ਗੱਲ ਕਹੀ ਜੀ ਕਿ 9 ਵੱਜ ਕੇ ਕੁਝ ਕੁ ਮਿੰਟ ਦੇ ਉੱਤੇ ਰਾਤ ਦੇ ਵੇਲੇ ਮੈਨੂੰ ਫੋਨ ਆਇਆ, ਉਹਨੇ ਮੈਨੂੰ ਕਿਹਾ ਜੀ ਕਿ ਮੇਰੀ ਸਕੂਟਰੀ ਪੈਂਚਰ ਹੋ ਗਈ ਹੈ ਅਤੇ ਮੈਂ ਕੁਝ ਕੁ ਲੋਕਾਂ ਦੀ ਮਦਦ ਲੈ ਰਹੀ ਹਾਂ ਪਰ ਇਹ ਲੋਕ ਮੈਨੂੰ ਸ਼ੱਕੀ ਜਿਹੇ ਜਾਪਦੇ ਆ। ਜਿਹੜੀ ਘਰ ਦੇ ਵਿੱਚ ਭੈਣ ਬੈਠੀ ਸੀ ਉਹਨੇ ਕਿਹਾ ਤੂੰ ਆਪਣਾ ਫੋਨ ਔਨ ਰੱਖੀ, ਤੂੰ ਆਪਣਾ ਫੋਨ ਚੱਲਦਾ ਰੱਖ, ਤੂੰ ਆਪਣਾ ਫੋਨ ਕੱਟੀ ਨਾ। ਪਰ ਬਾਅਦ ਦੇ ਵਿੱਚ ਸ਼ਾਇਦ ਬੈਟਰੀ ਡੈੱਡ ਹੋਣ ਕਰਕੇ ਜਾਂ ਕੋਈ ਵੀ ਕਾਰਨ ਹੋਊਗਾ ਉਹਦਾ ਫੋਨ ਆ ਜਿਹੜਾ ਉਹ ਬੰਦ ਹੋ ਗਿਆ। ਇਹਦੇ ਮੁਤਲਕ ਬਹੁਤ ਸਾਰੀਆਂ ਖਬਰਾਂ ਆਈਆਂ ਜਿਹੜੀਆਂ ਕਿ ਬਹੁਤ ਵੱਖਰੀ ਜਾਣਕਾਰੀ ਪੇਸ਼ ਕਰਦੀਆਂ। ਪਹਿਲਾਂ ਉਹਦਾ ਵੇਰਵਾ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਹੈਦਰਾਬਾਦ ਦੇ ਵਿੱਚ ਸਮੂਹਕ ਜਬਰ ਜਨਾਹ ਅਤੇ ਫਿਰ ਲਾਸ਼ ਸਾੜਨ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਵੱਖਰੀਆਂ ਜਾਣਕਾਰੀਆਂ ਪੇਸ਼ ਕੀਤੀਆਂ ਜਾ ਰਹੀਆਂ ਨੇ। ਗ੍ਰਿਫਤਾਰ ਕੀਤੇ ਗਏ 4 ਨੌਜਵਾਨਾਂ ਤੋਂ ਪੁਲਿਸ ਪੁੱਛਗਿੱਛ ਲਗਾਤਾਰ ਕਰ ਰਹੀ ਹੈ ਅਤੇ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਸ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਉਹਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਤੇ ਮਹਿਲਾ ਡਾਕਟਰ ਦੀ ਛੋਟੀ ਭੈਣ ਨੇ ਇਸ ਮੁਤਲਕ ਜਾਣਕਾਰੀ ਦਿੱਤੀ ਹੈ ਕਿ ਦੀਦੀ ਨੇ ਰਾਤ ਨੂੰ 9:20 ਦੇ ਉੱਤੇ ਮੈਨੂੰ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ਮੇਰੀ ਗੱਡੀ ਪੈਂਚਰ ਹੋ ਗਈ ਹੈ ਅਤੇ ਮੇਰੀ ਮਦਦ ਵਾਸਤੇ ਕੁਝ ਲੋਕ ਆਏ ਨੇ ਪਰ ਉਹ ਮੈਨੂੰ ਸ਼ੱਕੀ ਲੱਗ ਰਹੇ ਨੇ। ਮੈਂ ਉਸਨੂੰ ਕਿਹਾ ਕਿ ਉਹ ਫੋਨ ਬੰਦ ਨਾ ਕਰੇ ਅਤੇ ਮੇਰੇ ਨਾਲ ਗੱਲਬਾਤ ਕਰਦੀ ਰਹੇ ਪਰ ਸ਼ਾਇਦ ਫੋਨ ਦੀ ਬੈਟਰੀ ਖਤਮ ਹੋਣ ਕਰਕੇ ਸਾਡਾ ਸੰਪਰਕ ਟੁੱਟ ਗਿਆ ਅਤੇ ਉਸ ਤੋਂ ਬਾਅਦ ਜੋ ਵੀ ਹੋਇਆ ਉਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ। ਇਸ ਮੁਤਲਕ ਪੁਲਿਸ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਲੜਕੀ ਦਾ ਸਮੂਹਕ ਜਬਰ ਜਨਾਹ ਤੋਂ ਬਾਅਦ ਕਤਲ ਕਰ ਦਿੱਤਾ ਗਿਆ, ਫਿਰ ਲਾਸ਼ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਅਪਰਾਧੀਆਂ ਨੇ ਖੁਦ ਨੂੰ ਲੁਕਾਉਣ ਦੇ ਲਈ ਕੋਸ਼ਿਸ਼ਾਂ ਬਹੁਤ ਕੀਤੀਆਂ। ਇਹਨਾਂ ਮੁਲਜ਼ਮਾਂ ਦੀ ਪਛਾਣ ਹੈ ਜਿਹੜੀ ਉਹ ਮੁਹੰਮਦ ਆਰਫ, ਨਵੀਨ, ਕੇਸ਼ੂਵਾਲਾ ਅਤੇ
ਸੇਵਾ ਦੇ ਰੂਪ ਦੇ ਵਿੱਚ ਹੋਈ ਹੈ ਅਤੇ ਇਹ ਵੀ ਪਤਾ ਲੱਗਾ ਕਿ ਇਹਨਾਂ ਨੇ ਬੜੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਇਸ ਵੈਟਨਰੀ ਡਾਕਟਰ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਸੀ। ਪੁਲਿਸ ਦਾ ਕਹਿਣਾ ਕਿ ਇਹ ਚਾਰ ਮੁਲਜ਼ਮਾਂ ਨੇ ਇਸ ਔਰਤ ਡਾਕਟਰ ਨੂੰ ਟੋਲ ਪਲਾਜ਼ਾ ਦੇ ਉੱਤੇ ਸਕੂਟਰੀ ਪਾਰਕ ਕਰਦੇ ਹੋਏ ਦੇਖ ਲਿਆ ਸੀ। ਉਦੋਂ ਹੀ ਇੱਕ ਮੁਲਜ਼ਮ ਸ਼ਿਵ ਨੇ ਸਕੂਟਰੀ ਦੀ ਹਵਾ ਕੱਢ ਦਿੱਤੀ ਸੀ। ਜਦੋਂ ਮਹਿਲਾ ਡਾਕਟਰ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਘਰ ਵਾਸਤੇ ਰਵਾਨਾ ਹੋਣ ਲੱਗੀ ਤਾਂ ਉਸਨੇ ਦੇਖਿਆ ਕਿ ਸਕੂਟਰੀ ਪੰਚਰ ਹੋ ਗਈ ਹੈ। ਪਰ ਰਾਤ ਦਾ ਵੇਲਾ ਸੀ, ਦੇਰ ਕਾਫੀ ਹੋ ਚੁੱਕੀ ਸੀ। ਇਸ ਕੁੜੀ ਦੇ ਕੋਲ ਆ ਕੇ ਇੱਕ ਵਿਅਕਤੀ ਨੇ ਕਿਹਾ ਕਿ ਮੈਂ ਤੇਰੀ ਮਦਦ ਕਰਨ ਨੂੰ ਤਿਆਰ ਹਾਂ। ਇਹ ਇਹਨਾਂ ਨੇ ਸਾਰਾ ਕੁਝ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਕੀਤਾ ਸੀ ਅਤੇ ਉਸ ਤੋਂ ਬਾਅਦ ਜਦੋਂ ਕੁੜੀ ਨੇ ਮਦਦ ਦੀ ਪੇਸ਼ਕਸ਼ ਸਵੀਕਾਰ ਲਈ ਤਾਂ ਉਸ ਤੋਂ ਬਾਅਦ ਇਹਨਾਂ ਨੇ ਉਸ ਕੁੜੀ ਨੂੰ ਧੱਕੇ ਦੇ ਨਾਲ ਆਪਣੇ ਨਾਲ ਬੰਧਕ ਬਣਾ ਲਿਆ ਅਤੇ ਉਸ ਤੋਂ ਬਾਅਦ ਇਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਇਹਨਾਂ ਨੇ ਉਸ ਕੁੜੀ ਨੂੰ ਵੀ ਜ਼ਬਰਦਸਤੀ ਸ਼ਰਾਬ ਪਿਆਈ। ਉਸ ਤੋਂ ਬਾਅਦ ਮੁਹੰਮਦ ਆਰਿਫ ਨੇ, ਜੋ ਕਿ ਇਹਨਾਂ ਦੇ ਵਿੱਚ ਇੱਕ ਮੁਲਜ਼ਮ ਹੈ, ਉਹਨੇ ਡਾਕਟਰ ਦਾ ਮੂੰਹ ਬੰਦ ਕਰ ਦਿੱਤਾ ਤਾਂ ਜੋ ਉਹ ਰੌਲਾ ਨਾ ਪਾਵੇ। ਮੰਨਿਆ ਜਾ ਰਿਹਾ ਕਿ ਇਸ ਕੁੜੀ ਦੀ ਦਮ ਘੁੱਟਣ ਦੇ ਕਰਕੇ ਮੌਤ ਹੋਈ ਹੈ। ਸੋ ਉਸ ਤੋਂ ਬਾਅਦ ਇਹਨਾਂ ਲੋਕਾਂ ਦੇ ਵੱਲੋਂ 27 ਕਿਲੋਮੀਟਰ ਦੂਰ ਤੱਕ ਟਰੱਕ ਦੇ ਵਿੱਚ ਇਸ ਕੁੜੀ ਨੂੰ ਪਾ ਕੇ ਸੁੱਟਣ ਦੇ ਲਈ ਪ੍ਰੋਗਰਾਮ ਉਲੀਕਿਆ ਗਿਆ। ਪਰ ਰਾਹ ਦੇ ਵਿੱਚ ਵੀ ਇਹ ਲਗਾਤਾਰ ਇਸ ਕੁੜੀ ਦੇ ਨਾਲ, ਜੋ ਕਿ ਮਰੀ ਹੋਈ ਸੀ, ਇਹਦੇ ਨਾਲ ਜਬਰ ਜਨਾਹ ਕਰਦੇ ਰਹੇ ਅਤੇ ਫਿਰ ਇਹਨਾਂ ਨੇ ਇੱਕ ਪੁਲ ਦੇ ਥੱਲੇ ਕੁੜੀ ਨੂੰ ਸੁੱਟ ਦਿੱਤਾ ਅਤੇ ਪੈਟਰੋਲ ਪਾ ਕੇ ਉਹਨੂੰ ਅੱਗ ਲਾ ਦਿੱਤੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਬੇਹੱਦ ਦੁਖਦਾਈ ਮੂਡ ਦੇ ਵਿੱਚ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਸਾਡੇ ਭਾਰਤ ਦੇ ਵਿੱਚ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ। ਅਸੀਂ ਇਹ ਕਹਿੰਦੇ ਹਾਂ ਕਿ ਔਰਤ ਨੇ ਚੰਨ ਤੱਕ ਦਾ ਸਫ਼ਰ ਤੈਅ ਕਰ ਲਿਆ, ਔਰਤਾਂ ਹੁਣ ਸਰਹੱਦਾਂ ਦੀ ਰਾਖੀ ਕਰ ਰਹੀਆਂ, ਪਰ ਉਹਨਾਂ ਔਰਤਾਂ ਦੀ ਵੀ ਗਿਣਤੀ ਘੱਟ ਨਹੀਂ ਹੈ ਜਿਹੜੀਆਂ ਔਰਤਾਂ ਇਹੋ ਜਿਹੇ ਦਰਿੰਦਿਆਂ ਦੀ ਭੇਟ ਹਰ ਰੋਜ਼ ਚੜ੍ਹ ਰਹੀਆਂ। ਉਹਨਾਂ ਦੇ ਵਿੱਚੋਂ ਕਈਆਂ ਦੀਆਂ ਖਬਰਾਂ ਬਣ ਜਾਂਦੀਆਂ, ਮੀਡੀਆ ਦੇ ਮੂਹਰੇ ਗੱਲ ਆ ਜਾਂਦੀ ਹੈ ਅਤੇ ਕਈਆਂ ਦੇ ਬਾਬਤ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦੇ ਨਾਲ ਹੋਇਆ ਵਾਪਰਿਆ ਕੀ ਹੈ। ਹੁਣ ਇਹ ਵੀ ਪਤਾ ਲੱਗਾ ਵੀ 7 ਸਾਲਾਂ ਦੇ ਵਿੱਚ, ਯਾਨੀ ਕਿ 2012 ਦੇ ਵਿੱਚ ਦਿੱਲੀ ਦੇ ਵਿੱਚ ਕਾਂਡ ਵਾਪਰਿਆ ਸੀ ਅਤੇ ਹੁਣ 19 ਦੇ ਵਿੱਚ ਹੈਦਰਾਬਾਦ ਵਾਲਾ ਕਾਂਡ ਵਾਪਰਿਆ ਅਤੇ ਇਹਨਾਂ 7 ਵਰ੍ਹਿਆਂ ਦੇ ਵਿੱਚ 2.25 ਲੱਖ ਤੋਂ ਵੱਧ ਭਾਰਤ ਦੇ ਵਿੱਚ ਜਬਰ ਜਨਾਹ ਹੋਏ ਆ। ਇਹ ਅੰਕੜਾ ਕਿੰਨਾ ਡਰਾਉਣਾ, ਇਹਦੇ ਬਾਬਤ ਸਾਡੀਆਂ ਸਰਕਾਰਾਂ ਨੇ ਕਦੇ ਕੁਝ ਸੋਚਿਆ ਨਹੀਂ। ਕਾਨੂੰਨਾਂ ਦੇ ਵਿੱਚ ਬਦਲੀ ਕੀਤੀ ਜਾਂਦੀ ਹੈ ਪਰ ਫਿਰ ਵੀ ਚੋਰ ਮੋਰੀਆਂ ਇਹੋ ਜਿਹੀਆਂ ਹੁੰਦੀਆਂ ਕਿ ਜਿਹੜੇ ਕੁਕਰਮ ਕਰਨ ਵਾਲੇ ਲੋਕ ਆ, ਜਿਹੜੇ ਇੱਜ਼ਤਾਂ ਨੂੰ ਖਰੀਦਦੇ ਆ ਜਾਂ ਇੱਜ਼ਤਾਂ ਨੂੰ ਦਾਅ ਦੇ ਉੱਤੇ ਲਾ ਦਿੰਦੇ, ਕਿਸੇ ਵੀ ਧੀ ਭੈਣ ਨੂੰ ਚੁੱਕ ਲੈਂਦੇ, ਜਿਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ, ਉਹਨਾਂ ਲੋਕਾਂ ਨੂੰ ਕੋਈ ਬਹੁਤਾ ਫਰਕ ਨਹੀਂ ਜੇ ਪੈਂਦਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੋ ਇਹ ਡਾਕਟਰ ਇਸ ਵਕਤ ਮੌਤ ਦੀ ਬੁੱਕਲ ਦੇ ਵਿੱਚ ਗਈ, ਉਹਦਾ ਸੰਸਕਾਰ ਹੋ ਗਿਆ, ਭਵਿੱਖ ਦੇ ਵਿੱਚ ਕਿਹਦੀ ਵਾਰੀ ਆਉਣੀ ਹੈ? ਇਹ ਵਾਰੀ ਕਿਸੇ ਦੇ ਵੀ ਘਰ ਦੀ ਆ ਸਕਦੀ ਹੈ, ਤੁਹਾਡੇ ਘਰ ਦੇ ਵਿੱਚ ਆ ਸਕਦੀ ਹੈ, ਸਾਡੇ ਘਰ ਦੇ ਵਿੱਚ ਆ ਸਕਦੀ ਹੈ, ਕਿਉਂਕਿ ਸਾਡੀਆਂ ਧੀਆਂ ਭੈਣਾਂ ਇਸ ਵਕਤ ਸੁਰੱਖਿਅਤ ਨਹੀਂ ਆ। ਅੱਜ ਇੱਕ ਹੋਰ ਦੁਖਦਾਈ ਖਬਰ ਆਈ ਜਿਹੜੀ ਕਿ ਬਿਹਾਰ ਦੇ ਬਕਸਰ ਖੇਤਰ ਤੋਂ ਹੈ। ਇੱਥੇ ਵੀ ਇੱਕ ਕੁੜੀ ਹੈ ਜਿਹੜੀ, ਉਹਨੂੰ ਇਸੇ ਤਰੀਕੇ ਨਾਲ ਹਵਸ ਦਾ ਸ਼ਿਕਾਰ ਬਣਾਇਆ ਗਿਆ। ਉਸ ਤੋਂ ਬਾਅਦ ਉਸ ਕੁੜੀ ਦੇ ਉੱਤੇ ਤੇਲ ਪਾ ਕੇ ਉਹਨੂੰ ਅੱਗ ਲਾ ਦਿੱਤੀ ਗਈ ਹੈ। ਹੁਣ ਪੁਲਿਸ ਦੇ ਵੱਲੋਂ ਕੁਝ ਕੁ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ। 2 ਦਿਨ ਪਹਿਲਾਂ ਰਾਜਸਥਾਨ ਦੇ ਵਿੱਚ 55 ਸਾਲ ਦੀ ਇੱਕ ਔਰਤ ਦੇ ਨਾਲ ਕੁਝ ਲੋਕਾਂ ਨੇ ਜਬਰ ਜਨਾਹ ਕੀਤਾ, ਬਾਅਦ ਦੇ ਵਿੱਚ ਉਹਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਗਿਆ। ਕੁਛ ਦਿਨ ਪਹਿਲਾਂ ਦਿੱਲੀ ਦੇ ਵਿੱਚ 8 ਸਾਲ ਦੀ ਇੱਕ ਕੁੜੀ ਦੇ ਨਾਲ ਜਬਰ ਜਨਾਹ ਹੋਇਆ, ਬਾਅਦ ਦੇ ਵਿੱਚ ਉਹਦਾ ਗਲ ਘੁੱਟਿਆ ਗਿਆ। ਉਹਦਾ ਗਲ ਇਸ ਤਰੀਕੇ ਨਾਲ ਘੁੱਟਿਆ ਗਿਆ ਕਿ ਉਹਦੇ ਡੇਲੇ ਬਾਹਰ ਆ ਗਏ, ਉਹਦੀਆਂ ਅੱਖਾਂ ਬਾਹਰ ਆ ਗਈਆਂ। ਅਸੀਂ ਕਿਹੜੇ ਭਾਰਤ ਦੇ ਵਿੱਚ ਰਹਿੰਦੇ ਹਾਂ? ਅਸੀਂ ਉਸ ਭਾਰਤ ਦੇ ਵਿੱਚ ਰਹਿੰਦੇ ਹਾਂ ਜਿੱਥੇ ਕਿ ਕੰਜਕਾਂ ਦੀ ਪੂਜਾ ਕਰਦੇ ਹਾਂ, ਜਿੱਥੇ ਅਸੀਂ ਕਹਿੰਦੇ ਦੇਵੀਆਂ ਦੀ ਧਰਤੀ ਇਹ, ਅਸੀਂ ਕਹਿੰਦੇ ਜੀ ਆਹ ਫਲਾਣੀ ਦੇਵੀ ਆ, ਆਹ ਫਲਾਣਾ ਦੇਵਤਾ, ਆਹ ਫਲਾਣਾ ਰੱਬ ਆ, ਫਲਾਣਾ ਭਗਵਾਨ ਆ। ਪਰ ਉਸੇ ਦੇਸ਼ ਦੇ ਵਿੱਚ ਇਹੋ ਜਿਹਾ ਕੁਝ ਹੁੰਦਾ, ਨਾ ਬੁਰਕੇ ਵਾਲੀਆਂ ਬਖਸ਼ੀਆਂ, ਨਾ ਅਸੀਂ ਇੱਥੇ ਰਾਮ ਦਾ ਨਾਮ ਲੈਣ ਵਾਲੀਆਂ ਬਖਸ਼ੀਆਂ, ਨਾ ਵਾਹਿਗੁਰੂ ਕਹਿਣ ਵਾਲੀਆਂ ਬਖਸ਼ੀਆਂ। ਮਨੁੱਖ ਨੇ ਬਖਸ਼ਿਆ ਕਿਹਨੂੰ ਆ? ਮੰਦਰਾਂ ਦੇ ਵਿੱਚ ਬਲਾਤਕਾਰ ਹੋ ਰਹੇ ਆ, ਸਾਡੀਆਂ ਸਰਕਾਰਾਂ ਸੁੱਤੀਆਂ ਪਈਆਂ। ਹੈਰਾਨੀ ਦੀ ਅਤੇ ਦੁੱਖ ਦੀ ਗੱਲ ਇਹ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਹਰ ਮਹੀਨੇ ਆ ਕੇ 1.25 ਘੰਟਾ ਲਾਉਂਦੇ ਆ ਮਨ ਕੀ ਬਾਤ ਕਰਨ ਦੇ ਉੱਤੇ। ਕਿੰਨੇ ਦਿਨ ਹੋ ਗਿਆ ਹੈਦਰਾਬਾਦ ਵਾਲਾ ਕਾਂਡ ਵਾਪਰਿਆ, ਨਾ ਮੋਦੀ ਸਾਹਿਬ ਬੋਲੇ ਆ, ਨਾ ਹਾਲੇ ਤੱਕ ਉਹਨਾਂ ਦਾ ਕੋਈ ਮੋਹਰਲੀ ਕਤਾਰ ਦਾ ਹੋਰ ਆਗੂ ਬੋਲਿਆ। ਪਰ ਜਦੋਂ ਉਹ ਬੋਲਣਗੇ, ਇੱਦਾਂ ਗੱਲ ਕਰਨਗੇ ਕਿ ਅਸੀਂ ਜੀ ਬਹੁਤ ਕੁਝ ਕੀਤਾ ਔਰਤਾਂ ਦੀ ਸੁਰੱਖਿਆ ਦੇ ਮਾਮਲੇ ਦੇ ਵਿੱਚ, ਹੁਣ ਤਾਂ ਕਮਾਲ ਹੋਈ ਪਈ ਹੈ। ਸੋ ਇਸ ਕਰਕੇ ਜੋ ਇਹ ਵਾਰੀ ਅੱਜ ਵੈਟਨਰੀ ਡਾਕਟਰ ਦੀ ਆਈ ਹੈ, ਇਹ ਵਾਰੀ ਕੱਲ੍ਹ ਨੂੰ ਕਿਸੇ ਦੀ ਵੀ ਆ ਸਕਦੀ ਹੈ। ਇਸ ਕਰਕੇ ਆਪਣੀ ਆਬਰੂ, ਆਪਣੀ ਇੱਜ਼ਤ ਸਾਨੂੰ ਆਪ ਬਚਾਉਣੀ ਪੈਣੀ ਹੈ। ਸਰਕਾਰਾਂ ਦੇ ਉੱਤੇ ਟੇਕ ਨਾ ਰੱਖੀਏ, ਸਰਕਾਰਾਂ ਦੇ ਉੱਤੇ ਟੇਕ ਰੱਖਦਿਆਂ ਅਸੀਂ ਆਪਣਾ ਬਹੁਤ ਕੁਝ ਲੁਟਾ ਚੁੱਕੇ ਹਾਂ, ਜੇਬਾਂ ਵੀ, ਇੱਜ਼ਤ ਵੀ, ਸਨਮਾਨ ਵੀ, ਸਮਾਜਿਕਤਾ ਵੀ, ਸਭ ਕੁਝ ਅਸੀਂ ਖਤਮ ਕਰ ਚੁੱਕੇ ਹਾਂ। ਸੋ ਉਸ ਤੋਂ ਅਗਲੀ ਗੱਲ ਇਹ ਹੈ ਕਿ ਜਿਹੜੇ ਲੋਕ ਇਸ ਵਕਤ ਸੰਘਰਸ਼ ਦੇ ਰਾਹ ਦੇ ਉੱਤੇ ਤੁਰੇ ਆ, ਉਹ ਸੰਘਰਸ਼ ਦੇ ਰਾਹ ਦੇ ਉੱਤੇ ਤੁਰੇ ਰਹਿਣ। ਆਮ ਤੌਰ ਦੇ ਉੱਤੇ ਇਹ ਸੰਘਰਸ਼ ਹਫ਼ਤਾ ਡੇਢ ਹਫ਼ਤਾ ਹੁੰਦਾ, ਬਾਅਦ ਦੇ ਵਿੱਚ ਗੱਲ ਖਤਮ ਹੋ ਜਾਂਦੀ ਹੈ, ਆਈ ਗਈ ਹੋ ਜਾਂਦੀ ਹੈ। ਪਰ ਐਤਕੀ ਨਾ ਹੋਵੇ, ਇਸ ਕੁੜੀ ਦੇ ਦੋਸ਼ੀਆਂ ਨੂੰ ਫਾਹੇ ਟੰਗਿਆ ਜਾਵੇ, ਭਵਿੱਖ ਦੇ ਵਿੱਚ ਕੋਈ ਇਹੋ ਜਿਹੀ ਕਰਤੂਤ ਨਾ ਕਰੇ
ਕੋਈ ਇੱਦਾਂ ਦਾ ਪਸ਼ੂ ਪੁਣਾ ਨਾ ਕਰੇ, ਉਹਨਾਂ ਨੂੰ ਮਿਸਾਲੀ ਸਜ਼ਾ ਜੇਕਰ ਦਿੱਤੀ ਜਾਊਗੀ ਤਾਂ ਹੀ ਕੋਈ ਡਰੂਗਾ, ਕਿਸੇ ਦੇ ਮਨ ਦੇ ਵਿੱਚ ਇਸ ਗੱਲ ਦਾ ਸਹਿਮ ਪੈਦਾ ਹੋਊਗਾ ਕਿ ਜੇਕਰ ਮੈਂ ਆਹ ਕੁਝ ਕੀਤਾ ਮੇਰੇ ਨਾਲ ਆਹ ਕੁਝ ਬਣ ਜਾਣਾ, ਸੋ ਕੁਝ ਨਾ ਕੁਝ ਕਰਨਾ ਜ਼ਰੂਰ ਚਾਹੀਦਾ। ਪਰ ਅੱਜ ਇਹਦੇ ਨਾਲ ਜੋੜਨੀ ਚਾਹੀਦੀ ਹੈ ਇੱਕ ਪੰਜਾਬ ਦੀ ਵੀ ਖਬਰ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਇਸ ਗੱਲ ਦਾ ਐਲਾਨ ਕੀਤਾ ਕਿ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਪੰਜਾਬ ਦੀਆਂ ਔਰਤਾਂ ਜੇਕਰ ਕਿਸੇ ਵੀ ਕਾਰਨ ਕਰਕੇ ਬਾਹਰ ਆ, ਉਹ ਖੁਦ ਨੂੰ ਅਣਸੁਰੱਖਿਅਤ ਸਮਝ ਰਹੀਆਂ, ਉਹਨਾਂ ਨੂੰ ਡਰ ਹੈ ਕਿ ਮੇਰੇ ਨਾਲ ਕੋਈ ਵਾਰਦਾਤ ਨਾ ਹੋ ਜਾਵੇ, ਤਾਂ ਉਹ ਪੁਲਿਸ ਨੂੰ ਫਲਾਣੇ ਫਲਾਣੇ ਨੰਬਰ ਦੇ ਉੱਤੇ, ਉਹਨਾਂ ਨੇ 3-4 ਨੰਬਰ ਵੀ ਜਾਰੀ ਕੀਤੇ ਆ, ਇਹਨਾਂ ਦੇ ਉੱਤੇ ਕਾਲ ਕਰ ਸਕਦੀਆਂ ਅਤੇ ਪੁਲਿਸ ਦੀ ਗੱਡੀ ਆ ਜਿਹੜੀ ਉਹ ਉਹਨਾਂ ਨੂੰ ਘਰ ਦੇ ਵਿੱਚ ਬਾ ਇੱਜ਼ਤ ਛੱਡ ਕੇ ਆਊਗੀ, ਕੋਈ ਉਹਨਾਂ ਦੇ ਨਾਲ ਗਲਤ ਹਰਕਤ ਨਹੀਂ ਹੋ ਸਕਦੀ ਕਿਉਂਕਿ ਉਸ ਪੁਲਿਸ ਦੀ ਗੱਡੀ ਦੇ ਵਿੱਚ ਇੱਕ ਔਰਤ ਵੀ ਹੋਊਗੀ। ਸੋ ਇਹ ਉਹਨਾਂ ਨੇ ਸਹੂਲਤ ਦੇਣ ਦੀ ਗੱਲ ਕੀਤੀ ਹੈ, ਪਰ ਇਹ ਸਾਰੀਆਂ ਗੱਲਾਂ ਵਕਤੀ ਤੌਰ ਦੇ ਉੱਤੇ ਠੀਕ ਆ, ਜਦੋਂ ਪ੍ਰੈਕਟੀਕਲ ਤੌਰ ਦੇ ਉੱਤੇ ਹੋਣਗੀਆਂ ਪਤਾ ਉਦੋਂ ਲੱਗਣਾ, ਪਰ ਇਸ ਵਕਤ ਦੇਸ਼ ਦੇ ਵਿੱਚ ਜੋ ਰੋਸ ਦੀ ਲਹਿਰ ਪ੍ਰਚੰਡ ਹੋ ਰਹੀ ਹੈ ਇਹ ਹੋਣੀ ਵੀ ਚਾਹੀਦੀ ਹੈ, ਸਾਡੀਆਂ ਸਰਕਾਰਾਂ ਨੂੰ ਉੱਤਰਦਾਈ ਹੋਣਾ ਚਾਹੀਦਾ। ਜੇਕਰ ਅਸੀਂ ਕਾਨੂੰਨ ਤੰਤਰ ਨੂੰ ਇੰਨਾ ਮਜ਼ਬੂਤ ਕਰਾਂਗੇ ਕਿ ਕੋਈ ਬਚ ਕੇ ਨਾ ਜਾ ਸਕੇ, ਅਤੇ ਜਿਹੜੇ ਵੀ ਬੰਦੇ ਨੇ ਜੋ ਕੁਝ ਕੀਤਾ ਉਹਦੇ ਨਾਲ ਪੈਂਦੀ ਸੱਟੇ ਇਹੋ ਜਿਹਾ ਵਿਹਾਰ ਹੋਣਾ ਚਾਹੀਦਾ ਕਿ ਭਵਿੱਖ ਦੇ ਵਿੱਚ ਸਭ ਦੇ ਕੰਨ ਹੋ ਜਾਣ ਕਿ ਕਿਸੇ ਦੀ ਧੀ ਭੈਣ ਦੇ ਵੱਲ ਅੱਖ ਨਹੀਂ ਚੁੱਕਣੀ, ਤਾਂ ਫਿਰ ਕੁਝ ਬਣ ਸਕਦਾ ਹੈ। ਨਹੀਂ ਤਾਂ ਕੱਲ੍ਹ ਨੂੰ ਕੋਈ ਹੋਰ ਡਾਕਟਰ ਹੋਊਗੀ, ਨਹੀਂ ਤਾਂ ਪਰਸੋਂ ਕੋਈ ਹੋਰ ਨਿਰਭਇਆ ਸਾਡੇ ਸਾਹਮਣੇ ਆਊਗੀ, ਕਠੂਆ ਕਾਂਡ ਦੇ ਵਾਂਗੂ ਕੋਈ ਹੋਰ ਕੁੜੀ ਆ ਜਿਹੜੀ ਉਹ ਇਹਨਾਂ ਹਬਸੀਆਂ ਦੀ ਪੇਟ ਚੜ ਜੂਗੀ। ਸੋ ਕੁਝ ਸੋਚੀਏ, ਕੁਝ ਵਿਚਾਰੀਏ, ਇਹਨਾਂ ਸਰਕਾਰਾਂ ਨੂੰ ਮਜਬੂਰ ਕਰੀਏ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਂਦੇ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ, ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਅੱਜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਾਹਿਬ ਯਾਨੀ ਕਿ ਸੁਖਬੀਰ ਸਿੰਘ ਬਾਦਲ ਅਤੇ ਕੁਝ ਕੁ ਹੋਰ ਅਕਾਲੀ ਆਗੂਆਂ ਨੇ ਕੇਂਦਰ ਦੀ ਸਰਕਾਰ ਦੇ ਖਿਲਾਫ਼ ਗੱਲ ਕੀਤੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਘਟਾਉਣ ਦੀ ਗੱਲ ਕਰਕੇ ਅਤੇ ਫਿਰ ਕੇਂਦਰ ਦੀ ਸਰਕਾਰ ਨੇ ਉਹ ਪਹਿਲਾਂ ਵਾਲੀ ਸਜ਼ਾ ਹੀ ਬਰਕਰਾਰ ਰੱਖੀ ਹੈ, ਇਹ ਗੱਲ ਸਾਨੂੰ ਬਹੁਤ ਹੀ ਵਧੀਆ ਨਹੀਂ ਲੱਗੀ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਆਉਂਦੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਦੇ ਅਕਾਲੀ ਆਗੂਆਂ ਦੇ ਵਫਦ ਨੂੰ ਨਾਲ ਲੈ ਕੇ ਅਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਾਂਗੇ ਅਤੇ ਗ੍ਰਹਿ ਮੰਤਰੀ ਸਾਹਿਬ ਦੇ ਨਾਲ ਵੀ ਮੁਲਾਕਾਤ ਕਰਾਂਗੇ। ਦਰਅਸਲ ਗੱਲ ਇਹ ਹੈ ਜੀ ਕਿ ਅੱਜ ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਦੇ ਵਿੱਚ ਮੁੱਦਾ ਚੁੱਕਿਆ ਕਿ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਬਲਵੰਤ ਸਿੰਘ ਰਾਜੋਆਣਾ ਜਿਹਨੇ ਕਿ ਸਾਬਕਾ ਮੁੱਖ ਮੰਤਰੀ ਜੋ ਦੁਨੀਆ ਦੇ ਉੱਤੇ ਨਹੀਂ ਉਹਨੂੰ ਉਡਾ ਦਿੱਤਾ, ਅਤੇ ਉਹੋ ਜਿਹੇ ਬੰਦਿਆਂ ਨੂੰ ਤੁਸੀਂ ਸਜ਼ਾ ਮਾਫ਼ ਕਰਕੇ ਕਿਹੜਾ ਸਨਮਾਨ ਦੇਣਾ ਚਾਹੁੰਦੇ ਹੋ? ਇਹ 550ਵੇਂ ਪ੍ਰਕਾਸ਼ ਦਿਹਾੜੇ ਦੇ ਵਿੱਚ ਕਿਹੋ ਜਿਹੀ ਗੱਲ ਸ਼ਾਮਿਲ ਹੈ? ਇਹਦਾ ਉਹਦੇ ਨਾਲ ਕੀ ਤਲਕ ਹੈ ਵੀ ਜੇਕਰ ਕੋਈ ਬੰਦਾ ਕਿਸੇ ਦਾ ਕਤਲ ਕਰਦਾ ਉਹਨੂੰ ਜੋ ਸਜ਼ਾ ਹੋਈ ਆ ਉਹ ਹੋਣੀ ਚਾਹੀਦੀ ਹੈ, ਰਹਿਣੀ ਚਾਹੀਦੀ ਹੈ? ਪਰ ਅੱਜ ਇਸ ਮਸਲੇ ਦੇ ਉੱਤੇ ਉੱਤਰ ਦਿੱਤਾ ਲੋਕ ਸਭਾ ਦੇ ਵਿੱਚ ਅਮਿਤ ਸ਼ਾਹ ਨੇ। ਉਹਨਾਂ ਨੇ ਕਿਹਾ ਜੀ ਕਿ ਅਸੀਂ ਸਿੱਖ ਕੈਦੀਆਂ ਦੀਆਂ ਸਜ਼ਾਵਾਂ ਘਟਾਈਆਂ ਜਾਂ ਰਿਹਾਈ ਦਿੱਤੀ ਹੈ, ਪਰ ਅਸੀਂ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿੱਚ ਕੋਈ ਕਟੌਤੀ ਨਹੀਂ ਕੀਤੀ ਸਜ਼ਾ ਦੇ ਵਿੱਚ। ਜੋ ਉਹਨਾਂ ਦੀ ਪਹਿਲਾਂ ਸਜ਼ਾ ਸੀ ਉਹ ਬਿਲਕੁਲ ਬਰਕਰਾਰ ਹੈ। ਇਸ ਗੱਲ ਦੇ ਉੱਤੇ ਇਸ ਬਿਆਨ ਦੇ ਉੱਤੇ ਰਵਨੀਤ ਸਿੰਘ ਬਿੱਟੂ ਬਾਗੋ ਬਾਗ ਹੈ। ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਕਿ ਅਸੀਂ ਜੀ ਜਾ ਕੇ ਮਿਲਾਂਗੇ ਗ੍ਰਹਿ ਮੰਤਰੀ ਸਾਹਿਬ ਨੂੰ, ਅਸੀਂ ਪ੍ਰਧਾਨ ਮੰਤਰੀ ਸਾਹਿਬ ਨਾਲ ਮੁਲਾਕਾਤ ਕਰਨੀ ਆ, ਕਿਉਂਕਿ ਇਹ ਬਹੁਤ ਗਲਤ ਗੱਲ ਕੀਤੀ ਗਈ ਹੈ, ਕਿਉਂਕਿ ਰਾਜੋਆਣਾ ਹੋਰਾਂ ਨੇ ਇੰਨੀ ਲੰਮੀ ਸਜ਼ਾ ਕੱਟ ਵੀ ਲਈ ਹੈ ਅਤੇ ਫਿਰ ਵੀ ਉਹਨਾਂ ਦੀ ਰਿਹਾਈ ਨਾ ਹੋਵੇ ਅਤੇ ਫਿਰ ਵੀ ਪੈਰੋਲ ਨਾ ਮਿਲੇ ਅਤੇ ਇਹ ਤਾਂ ਬਹੁਤ ਮਾੜੀ ਗੱਲ ਹੈ। ਤਾਂ ਰਵਨੀਤ ਬਿੱਟੂ ਨੇ ਅੱਗੋਂ ਸਵਾਲ ਕੀਤਾ ਕਿ ਸੁਖਬੀਰ ਸਿੰਘ ਜੀ, ਜੇਕਰ ਤੁਹਾਡਾ ਕੋਈ ਵੱਡਾ ਵਡੇਰਾ ਇੱਦਾਂ ਬੰਬ ਨਾਲ ਉਡਾਇਆ ਹੁੰਦਾ ਤਾਂ ਫਿਰ ਵੀ ਤੁਸੀਂ ਕਹਿੰਦੇ ਵੀ ਰਾਜੋਆਣਾ ਦੀ ਜਿਹੜੀ ਸਜ਼ਾ ਉਹ ਮਾਫ਼ ਹੋਣੀ ਚਾਹੀਦੀ ਹੈ ਜਾਂ ਉਹ ਘਟਾ ਦੇਣੀ ਚਾਹੀਦੀ ਹੈ ਜਾਂ ਪੈਰੋਲ ਮਿਲਣੀ ਚਾਹੀਦੀ ਹੈ? ਯਾਨੀ ਕਿ ਇਹ ਨਿੱਜੀ ਜੰਗ ਹੋ ਨਿਬੜੀ ਹੈ, ਜਦਕਿ ਇਸ ਮਸਲੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤੇ ਕੁਝ ਕੁ ਹੋਰ ਧਿਰਾਂ ਨੇ ਇਹ ਗੱਲ ਕਹੀ ਹੈ ਕਿ ਜੋ ਕੇਂਦਰ ਨੇ ਕੀਤਾ ਉਹ ਗਲਤ ਕੀਤਾ। ਪਰ ਜਾਪਦਾ ਹੁਣ ਇੱਦਾਂ ਵੀ ਇਸ ਮਸਲੇ ਦੇ ਉੱਤੇ ਅਕਾਲੀ ਦਲ ਅਤੇ ਭਾਜਪਾ ਦਾ ਇੱਕ ਵਾਰ ਫਿਰ ਪੇਚ ਫਸ ਜਾਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਬਾਅਦ ਵਿੱਚ ਕਰਾਂਗੇ। ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ਼ੀ ਦੇ ਉੱਤੇ ਮੋਦੀ ਸਰਕਾਰ ਦੇ ਯੂ ਟਰਨ ਤੋਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਖਫਾ ਨੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਰਾਜੋਆਣਾ ਦੀ ਸਜ਼ਾ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਨੂੰ ਸਿੱਖ ਕੌਮ ਨਾਲ ਗੰਭੀਰ ਬੇਇਨਸਾਫ਼ੀ ਕਰਾਰ ਦਿੱਤਾ। ਲੌਂਗੋਵਾਲ ਨੇ ਕਿਹਾ ਕਿ ਇਹ ਬਿਆਨ ਬੀਤੇ ਸਮੇਂ ਦੇ ਜ਼ਖਮਾਂ ਦੇ ਉੱਤੇ ਮੱਲ ਮਿਲਾਉਣ ਦੀ ਥਾਂ ਦੁੱਖ ਦੇਣ ਵਾਲਾ ਹੈ। ਇਸ ਲਈ ਸ਼੍ਰੋਮਣੀ ਕਮੇਟੀ ਗ੍ਰਹਿ ਵਿਭਾਗ ਦੇ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਅਪੀਲ ਕਰੇਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜੋਆਣਾ ਦੀ ਸਜ਼ਾ ਮਾਫ਼ੀ ਲਈ ਉਹਨਾਂ ਦੀ ਪਾਰਟੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰੇਗੀ। ਰਾਜੋਆਣਾ 30 ਵਰ੍ਹਿਆਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ। ਉਹਨਾਂ ਨੂੰ ਇੱਕ ਵਾਰ ਵੀ ਪੈਰੋਲ ਨਹੀਂ ਮਿਲੀ, ਜੋ ਕਿ ਸਰਾਸਰ ਨਾਇਨਸਾਫ਼ੀ ਹੈ। ਮੰਨਿਆ ਜਾ ਰਿਹਾ ਕਿ ਇਸ ਮਾਮਲੇ ਦੇ ਉੱਤੇ ਅਕਾਲੀ ਦਲ ਅਤੇ ਬੀਜੇਪੀ ਦਾ ਮੁੜ ਪੇਚ ਫਸ ਸਕਦਾ ਹੈ। ਦਰਅਸਲ ਅੱਜ ਸੰਸਦ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਰਾਜੋਆਣਾ ਦੀ ਸਜ਼ਾ ਮਾਫ਼ ਨਹੀਂ ਕੀਤੀ। ਰਾਜੋਆਣਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ। ਪਿਛਲੇ ਦਿਨੀ ਕੇਂਦਰ ਸਰਕਾਰ ਨੇ ਕੁਝ ਸਿੱਖ ਬੰਦੀਆਂ ਦੀਆਂ ਸਜ਼ਾਵਾਂ ਮਾਫ਼ ਕੀਤੀਆਂ ਸਨ। ਉਸ ਵੇਲੇ ਚਰਚਾ ਸੀ ਕਿ ਰਾਜੋਆਣਾ ਦੀ ਸਜ਼ਾ ਵੀ ਮਾਫ਼ ਕਰ ਦਿੱਤੀ ਗਈ ਹੈ। ਅੱਜ ਜਦੋਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ
इस खबर के उत्ते टिप्पणी करदे हां, पहली गल तां असीं कहांगे जो केंद्र सरकार ने वालों कहा गया उहदे उत्ते टिप्पणी नहीं, पर जिस तरीके दे नाल अकाली दल नूं इस गल दे उत्ते गुस्सा ते अपनी थां दे उत्ते शायद ये गुस्सा उलड़ा वाजब भी होवे, क्योंकि उन्होंने ये गल कही सी कि असी वार वार केंद्र तक पहुँच की तां करके राजोआणा दविंदरपाल सिंह भुल्लर ते कुछ होर कैदियों की रिहाई हुई है जां उन्हां दी सजावां कटाइयां, इस करके असी धन्नवादी हाँ केंद्र की सरकार ने मोदी साहब दे। पर हुण जदों मामला उत्थे दा उत्थे है तां सवाल यह पैदा हुंदा कि की अकाली दल दे वल्लों बगावत की जाऊगी, कि अकाली दल दे वल्लों इस सजा माफ़ी नूं लैके वकार दा सवाल बन के ते अपना झंडा गढ़न की कोशिश की जाऊगी कि आर पार दी हुण जंग है, जां तां फिर राजोआणा की सज़ा घटाओ उन्हूं पैरोल मिले ते जां फिर असी तुहाडे नालों अड हुंने आ। हुण इस वक्त जदों सुखबीर सिंह बादल जां समुच्चा अकाली दल आ जिहड़ा उन्होंने बहुती वार कदे केंद्र दीआं नीतियां दे विच नुक्ताचीनी नहीं की, उन्होंने कदे उंगल नहीं चुकी क्योंकि उन्होंने अपनियां निजी मजबूरियां हो सकदियां। इस वक्त मन्निया यह जा रहा है कि जेकर सुखबीर सिंह बादल जां उन्हां दी पार्टी दे होर आगू वफद दे रूप दे विच जाके मिलदे आ शायद उन्हां दी गल मन ली जावे, शायद ना भी मनी जावे, पर जेकर गल मन ली जाती है तो यह अकाली दल दे आगूआं दी इज्जत दा सवाल आ। वह कहणगे जी कि देखो असी यह कुछ करके दिखा दिता जिहड़ा कुछ नहीं सी कीता जा सकता, पर जेकर गल नहीं मनी जाती तो फिर जिहड़ा एक पंथक मुद्दा जिहड़ा एक सिख कैदियां दा मुद्दा ये इत्थे ठप्प नहीं होना, इस मसले ने अगे तो अगे होर वधना। सो दूजे पासे अज राजोआणा दे मुद्दे दे उत्ते रवनीत सिंह बिट्टू ने तिखे वार कीते आ, उन्होंने कहा जी कि जो अमित शाह ने कहा उन्होंने कमाल कर दिती है, उन्होंने अज सिफतां दे पुल बहुत बन्ने आ, उन्होंने कहा जी कि अमित शाह होरी कहनी ते करनी दे पक्के आ, असी बेहद धन्नवादी हाँ अमित शाह दे जिन्हां ने वह कुछ कर दिखाया जिहदे बाबत उन्हां दी अपनी भाईवाली वाली पार्टी पंजाब दे विच कई किस्म दीआं टारां मारदी सी। उन्होंने यह गल कही है जी कि जिहदे घर दे विच जो जो बीतिया हुंदा उन्हों वो सब कुछ चेते हुंदा, उन्होंने यह गल कही है कि अमित शाह ने जो कुछ कहा उहदे नाल कई लोगों नूं बेशक तंगी तुरशी होवे कई लोगों नूं तकलीफ हो सकती है, पर अमित शाह ने गल कह के साडा सब दा दिल जित लिया। उन्होंने वार वार धन्नवाद किया नरेंद्र मोदी का भी तो अमित शाह का भी, बाकी पंजाब दे विच हाले तक अकाली दल ते श्रोमणी कमेटी दे कुछ क नेतावां दी इस मुतलक प्रतिक्रिया आई है, आम सिख जथेबंदियों की प्रतिक्रिया किहो जी होगी इहदे लई उड़ीक करनी बनदी है। इस वक्त भारत की अर्थव्यवस्था कितों कितने पहुँच चुकी है समय समय के उत्ते बहुत सारिया खबर आउंदियां, बेशक केंद्र की सरकार एक गल कहती नहीं थकती कि जी डी पी इन्नी कमज़ोर नहीं, चिंता वाली गल नहीं, 4.8 का अंकड़ा कोई छोटा नहीं हुंदा, लगातार एक गल कह रहे हैं भारत के वित्त मंत्री निर्मला सीतारमन कि देश की अर्थव्यवस्था का कुछ नहीं विगड़िया, यह माड़ा मोटा झोल जा वजदा बाद दे विच आपां फिर ठीक हो जाने हैं, पर उन्हां दी अपनी पार्टी के आगू ही उन्हां नूं घेरना शुरू कर चुके हैं। लंघे कल पता लगा सी कि कांग्रेस के एक आगू ने कहा कि निर्मला सीतारमन नहीं, असी तो सोच रहे हैं कि यह निर्मला सीतारमन है, उस तो बाद निर्मला सीतारमन ने मोड़वा उत्तर दिता कि मैं अबला नहीं मैं सबला हाँ, उन्होंने यह गल कही सी कि मैं निर्मला ही हाँ मैं निर्मला नहीं हाँ, मैं कोई कमज़ोर औरत नहीं हाँ, सानू पता कि औरत का किवें सन्मान होना चाहिए तो देश की तरक्की किवें होनी चाहिए आ, अर्थव्यवस्था मजबूत किवें होनी चाहिए आ। पर लंघे कल सुब्रमण्यम स्वामी जिहड़े कि आम तौर के उत्ते कई बार मूँह फट बयान करके जाने जाते हैं, उन्होंने भी एक तिखी प्रतिक्रिया अपनी ही पार्टी के उत्ते की सी, उन्होंने कहा जी कि निर्मला सीतारमन नूं तां इह नहीं पता कि इकोनमी की ई किवें पैंदी है, उन्होंने यह गल कही सी जी कि मोदी साहब नूं इस वक्त चापलूसा ने घेरा पाया होया, मोदी साहब विदेशों के वाले जिन्ना मर्जी जाउण कोई फर्क नहीं जे पैना, तो अज उन्होंने उस तो भी तिखे बोल अपने मूँह दे विचों कढ़े आ, उन्होंने बड़ी साफ तो स्पष्ट गल कही है जिहड़ी कि समय के मुताबिक कहनी भी बनती सी, जिहड़ी कि अज तक कोई कह नहीं रहा पिछले कई वरियां तों, उन्होंने कहा जी कि जेकर असी देश की अर्थव्यवस्था के सुधार ना किया तो जिन्ने मर्जी राम मंदिर बनाए जाएंगे जितना औखा हो जाना, यह गल नूं सोचना समझना तो चाहिए, पर हाले तक कोई भाजपा का सीनियर नेता समझ नहीं सकिया। पहला इस रिपोर्ट का वेरवा तो बाद विच करांगे टिप्पणी। राज्यसभा के मैंबर सुब्रमण्यम स्वामी ने अपने तलख बयान करके अपनी ही पार्टी नूं असहज कर दिता है, उन्होंने देश की ढह ढेरी हो रही आर्थिकता के उत्ते तिखी प्रतिक्रिया दी है, उन्होंने कहा कि जेकर आर्थिकता मुड़ लीह के उत्ते ना लैके आंदा गया तो राम मंदिर के उत्ते मिली जित भी पार्टी को बचा ही सकेगी। सुब्रमण्यम स्वामी ने एक इंटरव्यू के कई मुद्दों के उत्ते चिंता जाहिर की, बीजेपी के संसद मैंबर ने अपनी पार्टी को चेतावनी दी कि देश की आर्थिक स्थिति इन्नी माड़ी हो चुकी है कि इस दिल्ली ते झारखंड चोणां दे विच खमियाजा भुगतना पएगा, उन्होंने कहा कि अर्थव्यवस्था नूं सही दिशा वल लिजाण दे लई काम करना चाहिए। प्रधानमंत्री मोदी के विदेश दौरे के उत्ते निशाना विणदिआं उन्होंने कहा कि इस नाल कोई फायदा नहीं हुंदा, स्वामी ने भ्रिष्टाचार के उत्ते भी हमला किया, उन्होंने कहा कि सरयू राय नूं झारखंड चोणां दे विच टिकाने ला दिता गया जदों कि उन्हां दी ईमानदारी के मद्देनज़र उन्हां दा सन्मान किया जाना चाहिए सी, उन्होंने पूछा कि की माड़ी आर्थिकता करके बीजेपी नूं अयोध्या के फैसले का लाभ मिलेगा, भावें असी राम मंदिर बनाउण दीआं
ਗਲੀਆਂ ਦੇ ਵਿੱਚ ਜਾ ਕੇ ਖੁਸ਼ੀ ਮਨਾ ਰਹੇ ਹਾਂ, ਮਠਿਆਈਆਂ ਵੰਡ ਰਹੇ ਹਾਂ, ਰੈਲੀਆਂ ਕਰ ਰਹੇ ਹਾਂ, ਪਰ ਅਰਥ ਵਿਵਸਥਾ ਵੀ ਕੋਈ ਛੋਟਾ ਮੁੱਦਾ ਨਹੀਂ ਹੈ। ਦਿੱਲੀ ਅਤੇ ਝਾਰਖੰਡ ਦੀਆਂ ਚੋਣਾਂ ਦੇ ਉੱਤੇ ਸੁਬਰਾਮਨਿਮ ਸਵਾਮੀ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਬਦਲ ਕੇ ਚੋਣਾਂ ਜਿੱਤ ਸਕਦੇ ਹਾਂ, ਇਸ ਲਈ ਦਿੱਲੀ ਦੇ ਵਿੱਚ ਇੱਕ ਚੰਗੇ ਮੁੱਖ ਮੰਤਰੀ ਦੇ ਉਮੀਦਵਾਰ ਦਾ ਚਿਹਰਾ ਪੇਸ਼ ਕਰਨਾ ਪਏਗਾ। ਉਹਨਾਂ ਨੇ ਕਿਹਾ ਕਿ ਜੇ ਅਸਾਮ ਦੇ ਰਾਜਪਾਲ ਜਗਦੀਸ਼ ਮੁਖੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ ਤਾਂ ਇਹ ਜਿੱਤ ਪੱਕੀ ਹੋ ਸਕਦੀ ਹੈ। ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜੋ ਗੱਲਾਂ ਸੁਬਰਾਮਨਿਮ ਸਵਾਮੀ ਨੇ ਕਹੀਆਂ ਇਹ ਆਪਣੀ ਥਾਂ ਦੇ ਉੱਤੇ 100% ਸਹੀ ਹੈ। ਇਸ ਵਕਤ ਲੋਕਾਂ ਦੀ ਮੰਗ ਸਿਰਫ ਇਹ ਹੈ ਕਿ ਜੋ ਸਾਡੀਆਂ ਮੁੱਢਲੀਆਂ ਸਹੂਲਤਾਂ ਉਹ ਖੁਸ਼ ਕਿਹੜੀ ਗੱਲ ਹੋ ਰਹੀਆਂ, ਸਾਡਾ ਰੁਪਈਆ ਇੰਨਾ ਲੜਖੜਾ ਕਿਉਂ ਗਿਆ, ਹਰ ਚੀਜ਼ ਇੰਨੀ ਮਹਿੰਗੀ ਕਿਉਂ ਹੋਈ ਪਈ ਹੈ, ਲੋਕਾਂ ਦੀਆਂ ਰੋਜ਼ਮਰਾ ਦੀ ਵਰਤੋਂ ਵਾਲੀਆਂ ਚੀਜ਼ਾਂ ਉਹਨਾਂ ਦੇ ਹੱਥ ਦੇ ਵਿੱਚੋਂ ਬੇਕਾਬੂ ਕਿਉਂ ਹੋ ਗਈਆਂ, ਉਹਨਾਂ ਦੇ ਹੱਥ ਦੇ ਵਿੱਚ ਕਿਉਂ ਨਹੀਂ ਰਹੀਆਂ। ਇਹਨਾਂ ਗੱਲਾਂ ਦੇ ਬਾਵਜੂਦ ਜੇਕਰ ਨਿਰਮਲਾ ਸੀਤਾਰਮਨ ਜੀ ਇਹ ਕਹਿਣ ਕਿ ਮਾੜਾ ਮੋਟਾ ਉਤਰਾਅ ਚੜ੍ਹਾ ਚੱਲਦਾ ਰਹਿੰਦਾ ਤਾਂ ਇਹ ਮਾੜਾ ਮੋਟਾ ਨਹੀਂ, ਇਹ ਬਹੁਤ ਵੱਡਾ ਉਤਰਾਅ ਚੜ੍ਹਾ। ਲੰਘੇ ਕੱਲ੍ਹ ਕੈਗ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀ ਕਿ ਜਿੰਨੀ ਮਾੜੀ ਹਾਲਤ ਇਸ ਵਕਤ ਭਾਰਤੀ ਰੇਲਵੇ ਦੀ ਹੈ 10 ਵਰ੍ਹਿਆਂ ਦੇ ਵਿੱਚ ਇੰਨੀ ਮਾੜੀ ਹਾਲਤ ਕਦੇ ਹੋਈ ਨਹੀਂ ਸੀ। ਹੁਣ ਇਹ ਵੀ ਰਿਪੋਰਟਾਂ ਆ ਰਹੀਆਂ ਕਿ ਮੋਦੀ ਸਰਕਾਰ ਆ ਜਿਹੜੀ ਉਹ ਖਾਸ ਕਰਕੇ ਹਰਦੀਪ ਸਿੰਘ ਪੁਰੀ ਸਾਹਿਬ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ, ਜਿਹੜੇ ਕਿ ਸ਼ਹਿਰੀ ਹਵਾਬਾਜ਼ੀ ਮੰਤਰੀ ਹੈ, ਉਹਨਾਂ ਨੇ ਕਿਹਾ ਸੀ ਜੀ ਕਿ ਇਸ ਵਕਤ ਅਸੀਂ ਏਅਰ ਇੰਡੀਆ ਨੂੰ ਵੇਚਣ ਬਾਰੇ ਸੋਚ ਰਹੇ ਹਾਂ। ਉਹਨਾਂ ਨੇ ਕਿਹਾ ਜੀ ਕਿ ਜੇਕਰ ਹੁਣ ਨਾ ਇਸ ਮਸਲੇ ਦੇ ਉੱਤੇ ਵਿਚਾਰ ਕੀਤਾ ਕੱਲ੍ਹ ਨੂੰ ਹੋ ਸਕਦਾ ਗਾਹਕ ਹੀ ਨਾ ਮਿਲੇ, ਪਰ ਪਤਾ ਇਹ ਵੀ ਲੱਗਾ ਵੀ ਪਿਛਲੇ ਸਾਲ ਵੀ ਕੇਂਦਰ ਦੀ ਸਰਕਾਰ ਗਾਹਕ ਲੱਭਦੀ ਸੀ ਪਰ ਉਦੋਂ ਮਿਲਿਆ ਨਹੀਂ ਸੀ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਸਮੇਤ ਦੇਸ਼ ਦੇ 6 ਹਵਾਈ ਅੱਡੇ ਨਿੱਜੀ ਹੱਥਾਂ ਦੇ ਵਿੱਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੁਝ ਕੁ ਹਵਾਈ ਅੱਡੇ ਇਸੇ ਵਰ੍ਹੇ ਦੇ ਫਰਵਰੀ ਮਹੀਨੇ ਦੇ ਵਿੱਚ ਨਿੱਜੀ ਹੱਥਾਂ ਦੇ ਵਿੱਚ ਦੇ ਵੀ ਦਿੱਤੇ ਗਏ ਆ। ਇਹ ਉਹ ਹਾਲਾਤ ਆ ਜਿਹਦੇ ਵਿੱਚ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਭਾਰਤ ਤਰੱਕੀ ਦੇ ਮਾਮਲੇ ਵਿੱਚ ਬਹੁਤ ਕਮਾਲ ਕਰੀ ਜਾਂਦਾ। ਜੇਕਰ ਅਸੀਂ ਕਿਸੇ ਮਸਲੇ ਨੂੰ ਸੁਲਝਾ ਨਹੀਂ ਸਕਦੇ ਤਾਂ ਫਿਰ ਅਸੀਂ ਕਿਹੜੀ ਗੱਲ ਦੀ ਟਾਰ ਮਾਰਦੇ ਹਾਂ ਜੀ ਕਿ ਦੇਸ਼ ਤਾਂ ਕਮਾਲ ਕਰੀ ਜਾਂਦਾ ਜੀ, ਅਸੀਂ ਤਾਂ ਸਮੇਂ ਦੇ ਹਾਣੀ ਬਣ ਗਏ ਜੀ, ਅਸੀਂ ਤਾਂ ਜਪਾਨ ਦੇ ਨਾਲ ਆਹ ਸੌਦਾ ਕਰ ਲਿਆ, ਫਲਾਣੇ ਨਾਲ ਆਹ ਡੀਲ ਕਰ ਲਈ ਹੈ। ਇਸ ਵਕਤ ਚਾਹੀਦਾ ਇਹ ਹੈ ਕਿ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕੀਤਾ ਜਾਵੇ। ਹੁਣ ਵਾਰ ਵਾਰ ਡਾਕਟਰ ਮਨਮੋਹਨ ਸਿੰਘ ਦਾ ਚੇਤਾ ਆਉਂਦਾ ਕਈਆਂ ਨੂੰ, ਉਹ ਕਹਿੰਦੇ ਜੀ ਕਿ ਪੜ੍ਹਿਆ ਲਿਖਿਆ ਇੱਕ ਵਿਅਕਤੀ, ਇੱਕ ਅਰਥ ਸ਼ਾਸਤਰੀ ਜਿਹਨੂੰ ਕਹਿੰਦੇ ਹੁੰਦੇ ਸੀ ਇਹ ਮੌਨ ਮੋਹਨ ਪ੍ਰਧਾਨ ਮੰਤਰੀ, ਯਾਨੀ ਕਿ ਮੌਨ ਰਹਿਣ ਵਾਲਾ, ਉਹਨੇ ਚੁੱਪ ਰਹਿ ਕੇ ਉਹ ਕੁਝ ਕਰ ਦਿਖਾਇਆ ਜਿਹੜਿਆਂ ਕਿ ਕਈਆਂ ਨੇ ਰੌਲਾ ਪਾ ਕੇ ਵੀ ਹਾਲੇ ਤੱਕ ਕਰਕੇ ਨਹੀਂ ਦਿਖਾਇਆ। ਸੋ ਵਕਤ ਦੱਸੂਗਾ ਦੇਸ਼ ਦੀ ਅਰਥ ਵਿਵਸਥਾ ਦਾ ਕੀ ਬਣਦਾ, ਪਰ ਇਸ ਵਕਤ ਦੇਸ਼ ਦੇ ਉੱਤੇ ਖਾਸੀ ਮੁਸ਼ਕਲ ਦੀ ਘੜੀ ਹੈ ਆਰਥਿਕ ਮਾਮਲਿਆਂ ਦੇ ਪੱਖ ਤੋਂ। ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਆਗਿਆ ਦਿਓ, ਬਹੁਤ ਬਹੁਤ ਮਿਹਰਬਾਨੀ।